ਜਿਹੜੀ ਗੱਲ ਤੁਹਾਨੂੰ ਅਸੀਂ ਅੱਜ ਦੱਸਣ ਲੱਗੇ ਹਾਂ ਉਹ ਬੇਸਿਕਲੀ ਮੇਰੇ ਥੋਟਸ ਨਹੀਂ ਹੈਗੇ, ਇਹ ਸਾਡੇ ਡਾਇਰੈਕਟਰ ਸਾਹਿਬ ਹੈ, ਥੋੜ੍ਹੇ ਜਿਹੇ ਚਲਾਕ ਬੰਦੇ ਆ ਆਪਣੇ, ਉਹਨਾਂ ਨੇ ਮੈਨੂੰ ਕੁਝ ਗੱਲਾਂ ਕਹੀਆਂ ਕਹਿਣ ਵਾਸਤੇ ਅਤੇ ਮੈਂ ਉਹਨਾਂ ਦੀ ਜਿਹੜੀ ਫੀਲਿੰਗ ਸੀਗੀ ਉਹ ਜ਼ਾਹਿਰ ਕਰ ਰਿਹਾ ਤੁਹਾਡੇ ਅੱਗੇ। ਅਤੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਗਾਂਧੀ ਜੀ ਹੈਗੇ ਆ ਉਹ ਮਤਲਬ ਸਾਰੀ ਉਮਰ ਨੋਨ ਵਾਇਲੈਂਸ ਕਹਿੰਦੇ ਰਹੇ ਕਿ ਲੜੋ ਨਾ ਲੜੋ ਨਾ ਲੜੋ ਨਾ, ਪਰ ਉਹਨਾਂ ਦੀ ਫੋਟੋ ਐਸੀ ਜਗ੍ਹਾ 'ਤੇ ਛਪ ਗਈ ਕਿ ਜਿਹਦੇ ਪਿੱਛੇ ਸਾਰੀ ਦੁਨੀਆ ਲੜੀ ਜਾ ਰਹੀ ਹੈ। ਮਤਲਬ ਅੱਜ ਕੱਲ੍ਹ ਤੁਸੀਂ ਦੇਖ ਲਓ ਲਾਈਫ ਦੇ ਵਿੱਚ ਜਿਹੜੀ ਵੀ ਲੜਾਈ ਹੋ ਰਹੀ ਹੈ, ਜਿਹੜੇ ਵੀ ਝਗੜੇ ਹੋ ਰਹੇ ਹੈ, ਜ਼ਮੀਨਾਂ ਦੇ ਬਟਵਾਰੇ ਹੋ ਰਹੇ ਹੈ, ਬੱਚੇ ਆਪਣੇ ਮਾਪਿਆਂ ਦੇ ਨਾਲ ਲੜ ਰਹੇ ਹੈ, ਮੁੰਡੇ ਕੁੜੀ ਦਾ ਝਗੜਾ ਹੋ ਰਿਹਾ, ਭੈਣ ਭਰਾ ਦਾ ਝਗੜਾ ਹੋ ਰਿਹਾ, ਦੋਸਤਾਂ ਦਾ ਝਗੜਾ ਹੋ ਰਿਹਾ, ਉਹ ਕਿਹਦੇ ਪਿੱਛੇ? ਉਹ ਸਿਰਫ ਗਾਂਧੀ ਪਿੱਛੇ, ਗਾਂਧੀ ਮਤਲਬ ਪੈਸੇ ਪਿੱਛੇ। ਅਤੇ ਮੈਂ ਤਾਂ ਤੁਹਾਨੂੰ ਸਿਰਫ ਇੰਨਾ ਕਹਾਂ ਕਿ ਜਿਸ ਚੀਜ਼ ਨੂੰ ਹਟਾਉਂਦੇ ਹਟਾਉਂਦੇ ਗਾਂਧੀ ਜੀ ਆਪਣੀ ਫੋਟੋ ਨੋਟਾਂ 'ਤੇ ਛੱਡ ਗਏ, ਤਾਂ ਤੁਸੀਂ ਉਸ ਚੀਜ਼ ਨੂੰ ਇੰਨੀ ਇੰਪੋਰਟੈਂਸ ਨਾ ਦਿਓ ਕਿ ਲਾਈਫ ਦੇ ਵਿੱਚ ਪੈਸਾ ਤਾਂ ਰਹਿ ਜੇ ਪਰ ਪੈਸੇ ਨੂੰ ਖਰਚਣ ਵਾਲਾ ਕੋਈ ਉਹ ਦਿਨ ਮੇਰੇ ਹਿਸਾਬ ਨਾਲ ਨਹੀਂ ਆਉਣਾ ਚਾਹੀਦਾ। ਬਾਕੀ ਗਾਂਧੀ ਜੀ ਬੜੇ ਵਧੀਆ ਬੰਦੇ ਸੀਗੇ ਜੀ, ਅਤੇ ਬੜਾ ਕੁਛ ਉਹਨਾਂ ਨੇ ਸਿੱਖਿਆ ਹੈਗਾ। ਤੁਸੀਂ ਜੇ ਬੁੱਕਸ ਪੜ੍ਹੋਗੇ, ਤੁਸੀਂ ਆਪਣੇ ਪੇਰੈਂਟਸ ਦੇ ਨਾਲ ਜਦੋਂ ਗੱਲਾਂ ਕਰੋਗੇ, ਤੁਸੀਂ ਮਤਲਬ 2 ਅਕਟੂਬਰ ਨੂੰ ਤੁਸੀਂ ਸਿਰਫ ਛੁੱਟੀ ਇੰਜੋਏ ਕਰਕੇ ਪਕੌੜੇ ਪਕੌੜੇ ਖਾ ਕੇ ਮਤਲਬ ਦਿਨ ਸਪੈਂਡ ਨਾ ਕਰੋ, ਤੁਸੀਂ ਥੋੜ੍ਹਾ ਜਿਹਾ ਉਹਨਾਂ ਬਾਰੇ ਜੇ ਜਾਣੋਗੇ, ਉਹਨਾਂ ਨੂੰ ਪਹਿਚਾਨੋਗੇ, ਤੁਹਾਨੂੰ ਖੁਸ਼ੀ ਹੋਏਗੀ ਕਿ ਜੋ ਮਹਾਤਮਾ ਗਾਂਧੀ ਜੀ ਸਾਡੇ ਵਾਸਤੇ ਕਰ ਗਏ ਉਹ ਬਹੁਤ ਵੱਡੀ ਚੀਜ਼ ਸੀਗੀ। ਮਤਲਬ ਸ਼ਾਇਦ ਹੀ ਉਹ ਚੀਜ਼ ਕੋਈ ਬੰਦਾ ਕਰ ਸਕਦਾ ਹੈ। ਅਤੇ ਆਏ ਸਲੂਟ ਯੂ ਮਿਸਟਰ ਗਾਂਧੀ ਜੀ, ਅਤੇ ਤੁਸੀਂ ਮੇਰੇ ਪਰਸ ਵਿੱਚ ਆਈ ਜਾਓ ਅਤੇ ਮੈਂ ਖੁਸ਼ੀਆਂ ਮਨਾਈ ਜਾਵਾਂ। ਅਤੇ ਤੁਸੀਂ ਸਾਰੇ ਵੀ ਗਾਂਧੀ ਜੀ ਨੂੰ ਰਿਸਪੈਕਟ ਕਰੋ, ਅਤੇ ਉਹਨਾਂ ਨੂੰ ਕਹੋ ਜੀ 1000 ਰੁਪਏ ਨੋਟ ਪਾ ਦਿਆ ਕਰੋ ਜੇਬ 'ਚ, ਬਾਕੀ ਸਾਰਾ ਕੁਛ ਠੀਕ ਹੈਗਾ। ਅਤੇ ਕਮਲ ਡੈਰੀ ਤੁਸੀਂ ਦੇਖਦੇ ਰਹੋ, ਰੋਈ ਫਰੀ ਇੰਟਰਟੇਨਮੈਂਟ ਜ਼ਿੰਦਾਬਾਦ ਹੈਗਾ, ਅਤੇ ਆਪਾਂ ਤੁਹਾਨੂੰ ਬਹੁਤ ਜਲਦੀ ਮਿਲਦੇ।